Welcome to another day. Agla din chal gaya. We end up not doing anything significantly important yesterday. Te hun janab aaj Sunday ho gaya. Din thoda ja khushgawar aa subah dhup nikli hoyi si. Te hun dekhde haan kinni der mausam acha rehnda hai. Park jaan di salah aa. Okay, so hun kam apan eh karna ke choti gaddi de vich cycle fit karan di koshish karni hai. ਮੇਰਾ ਖਿਆਲ ਹੈ ਮੈਂ ਪਹਿਲੇ ਵੀ ਇੱਕ ਵਾਰੀ ਕੀਤਾ ਸੀ ਅਤੇ ਇਹਦੇ ਟਾਇਰਾਂ ਦੀ ਪ੍ਰੈਸ਼ਰ ਵੀ ਚੈੱਕ ਕਰਨਾ ਪੈਣਾ ਹੁਣ ਉੱਥੇ ਜਾ ਕਰਦੇ ਹਾਂ ਪਾਰਕ ਜਾ ਕੇ ਲੈਟ ਸੀ ਇਫ ਆਈ ਕੈਨ ਸਟਿਕ ਦੈਟ ਇਨ ਹੁਣ ਸਮਝ ਨਹੀਂ ਆਉਂਦੀ ਯਾਰ ਪਿਛਲੀ ਦਫ਼ਾ ਜਦੋਂ ਕੀਤੀ ਸੀ ਕਿੱਦਾਂ ਕੀਤੀ ਸੀ God. Whew. I think this is gonna be my last try. I'm already out of breath. I think it's done. I don't know how it will come out. Jadon ja kholange nu. Par hun lagda hai ki kam ho gaya. Oh my god. ਇੰਝ ਲੱਗਦਾ ਮੇਰਾ ਤਾਂ ਪਾਰਕ ਹੋ ਗਿਆ ਪੂਰਾ ਬਸ ਅਤੇ ਮੈਂ ਤਾਂ ਸ਼ਾਇਦ ਉੱਥੇ ਜਾ ਕੇ ਕੋਈ ਬਿਸਤਰਾ ਡਾ ਕੇ ਲੰਮਾ ਹੀ ਹੋ ਰਵਾਂ ਅਤੇ ਚਲੋ ਜੀ ਲੈਟਸ ਗੈਟ ਗੋਇੰਗ ਹਲੇ ਮਾਰਚ ਦੀ 3 ਤਰੀਕ ਹੋਈ ਹੈ ਕੱਲ੍ਹ ਬਾਰਿਸ਼ ਪੈ ਰਹੀ ਸੀ ਕੱਲ੍ਹ ਠੰਡਾ ਵੈਦਰ ਸੀਗਾ ਅੱਜ ਥੋੜ੍ਹੀ ਜਿਹੀ ਧੁੱਪ ਨਿਕਲੀ ਆ ਔਰ ਟੈਂਪਰੇਚਰ ਵੀ ਯਾਰ 6 ਡਿਗਰੀ ਸੈਂਟੀਗ੍ਰੇਡ ਨਜ਼ਰ ਆ ਰਿਹਾ ਮੇਰੀ ਕਾਰ ਦੇ ਉੱਤੇ ਬਟ ਗਰਮੀ ਹੋ ਗਈ ਹੋਈ ਹੈ ਹੁਣ ਇੱਦਾਂ ਦੇ ਕੋਟ ਦੇ ਵਿੱਚ ਨਾ ਇੱਦਾਂ ਦਾ ਕੋਟ ਇੱਕ ਜ਼ਰੂਰਤ ਹੁੰਦੀ ਆ ਇਸ ਵੈਦਰ ਦੀ ਮਾਰਚ ਦੀ ਬਟ ਗਰਮੀ ਲੱਗ ਰਹੀ ਹੈ ਇਸ ਕੋਟ ਦੇ ਵਿੱਚ ਇਸੇ ਬਾਰੇ ਸ਼ਾਇਰ ਨੇ ਕਿਹਾ ਹੈ ਕਿ ਬਦਲਤਾ ਹੈ ਰੰਗ ਆਸਮਾਂ ਕੈਸੇ ਕੈਸੇ ਕੱਲ੍ਹ ਠੰਡ ਔਰ ਅੱਜ ਗਰਮੀ ਓਕੇ ਪਹੁੰਚ ਗਏ ਹਾਂ ਜੀ ਪਾਰਕ 'ਚ ਨਾਓ ਦਾ ਸੈਕਿੰਡ ਮਿਸ਼ਨ ਸਾਈਕਲ ਨੂੰ ਬਾਹਰ ਕੱਢਣਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਓ ਗੋਡ ਜਿਹੜੀਆਂ ਐਡਜਸਟਮੈਂਟਸ ਨੂੰ ਕੀਤੀਆਂ ਸੀਗੀਆਂ ਕਰਨ ਵਾਸਤੇ ਉਹ ਹੁਣ ਦੁਬਾਰਾ ਅਨਡੂ ਕਰਨੀਆਂ ਪੈਣੀਆਂ ਨੇ ਫਿਰ ਬਾਹਰ ਨਿਕਲਣਾ ਹੈ ਓਕੇ ਨਿਕਲ ਆਇਆ ਓ ਰਾਈਟ ਸਾਈਕਲ ਆ ਗਿਆ ਜੀ ਬਾਹਰ ਹੈਂਡਲ ਔਰ ਰਾਈਟ ਆ ਨਾ ਦਾ ਨੈਕਸਟ ਥਿੰਗ ਇਹਨੂੰ ਨਾ ਇੱਥੇ ਲਾ ਕੇ ਅਤੇ ਇਹਦੇ ਟਾਇਰਾਂ 'ਤੇ ਹਵਾ ਜਿਹੜੀ ਉਹ ਠੀਕ ਕਰਨੀ ਹੈ ਦੋਨਾਂ ਸਾਈਡਾਂ 'ਤੇ ਸੱਚ ਫੁੱਟਬਾਲ ਦੀ ਹਵਾ ਭਰਨ ਵਾਲੀ ਆ ਫੁੱਟਬਾਲ ਦੀ ਹਵਾ ਭਰਦੇ ਹਾਂ ਜਸ ਲੀਵ ਐਵਰੀਥਿੰਗ ਦੇਅਰ ਪੁੱਟ ਇਟ ਔਨ ਆ ਮੇਰੀ ਗੱਡੀ ਦੇ ਵਿੱਚ ਨਾ ਇੱਕ
ਇਹਨੂੰ ਕਹਿੰਦੇ ਆ ਪਤਾ ਨਹੀਂ ਫਲੈਟ ਟਾਇਰ ਕਿੱਟ ਜਾਂ ਸਮਾਰਟ ਰਿਪੇਅਰ ਕਹਿੰਦੇ ਆ। ਅੱਜ ਕੱਲ੍ਹ ਇੱਥੇ ਗੱਡੀਆਂ ਦੇ ਵਿੱਚ ਸਟੱਪਣੀ ਨਹੀਂ ਨਾ ਆਉਂਦੀ ਹੈਗੀ ਨਵੀਆਂ ਗੱਡੀਆਂ ਦੇ ਵਿੱਚ, ਅਤੇ ਇਹੋ ਜਿਹੀ ਸਮਾਰਟ ਕਿੱਟ ਆਉਂਦੀ ਜਿਹਦੇ 'ਚ ਇਨਫਲੇਟਰ ਹੁੰਦਾ ਅਤੇ ਆਹ ਇੱਕ ਬੋਤਲ ਜੀ ਹੁੰਦੀ ਹੈ ਜਿਹਦੇ ਨਾਲ ਤੁਸੀਂ ਟਾਇਰ ਨੂੰ ਇਨਫਲੇਟ ਕਰਕੇ ਨਾ ਪੰਕਚਰ ਨੂੰ ਫਿਕਸ ਕਰ ਸਕਦੇ ਹੋ। ਅਤੇ ਇਹਨੂੰ ਆਪਾਂ ਇਸਤੇਮਾਲ ਕਰਨਾ ਆ ਸਾਈਕਲ ਦੇ ਵਿੱਚ ਹਵਾ ਭਰਨ ਵਾਸਤੇ ਔਰ ਫੁੱਟਬਾਲ ਦੇ ਵਿੱਚ ਹਵਾ ਭਰਨ ਵਾਸਤੇ। ਉਹ ਆ ਜਾ ਮਾਮਾ ਜੀ, ਆਹ ਸੌਦਾ ਆ ਜਿਹਦੇ ਨਾਲ ਨਾ ਹਵਾ ਭਰੀ ਦੀ ਆ ਸਾਈਕਲਾਂ ਦੇ ਵਿੱਚ, ਕਾਰਾਂ ਕੂਰਾਂ ਨੂੰ ਸਿੱਧੀ ਹੀ ਨੋਜ਼ਲ ਲੱਗਦੀ ਹੈ। ਓਕੇ, ਨਾਓ ਦਿਸ ਗੋਜ਼ ਹੀਅਰ ਐਂਡ ਵਟ ਆਈ ਨੀਡ ਟੂ ਡੂ ਨਾਓ, ਆਈ ਨੀਡ ਟੂ ਗੋ ਐਂਡ ਇਗਨੇਸ਼ਨ ਸਵਿੱਚ ਔਨ ਦਾ ਇਗਨੇਸ਼ਨ। ਲਓ ਜੀ, ਹੋ ਗਿਆ ਉਹ ਸਟਾਰਟ ਯਾ ਨਾਓ। ਕਿੱਥੇ ਆ ਸੌਦਾ ਇਹਦਾ? ਦੇਰ ਇਟ ਇਜ਼। ਇਹਨੂੰ ਜਨਾਬ ਸੁੱਟੋ ਵਿੱਚ, ਆਲ ਦਾ ਵੇ ਇਨ। ਲਓ ਜੀ, ਇੱਕ ਕੰਮ ਹੋ ਗਿਆ ਕੰਪਲੀਟ, ਹੁਣ ਕਰਦੀ ਹੈ ਸਾਈਕਲ। ਸਾਈਕਲਾਂ ਦੇ ਵਿੱਚ ਮੇਰਾ ਖਿਆਲ ਆ ਇਸ ਨੋਜ਼ਲ ਤੋਂ ਬਗੈਰ ਹੀ ਪੈ ਜਾਏਗੀ, ਬਿਕੋਜ਼ ਸਾਈਕਲ ਦਾ ਨਾ ਉਹੀ ਸਿਸਟਮ ਹੁੰਦਾ ਜਿਹੜਾ ਕਾਰ ਦੇ ਵੀਲਾਂ ਦਾ ਹੁੰਦਾ। ਸੋ ਆਈ ਥਿੰਕ ਇਹਨੇ ਵੀ ਠੀਕ ਹੋ ਜਾਣਾ ਉਹ ਤੋਂ ਬਗੈਰ ਹੀ। ਵੈਰੀ ਗੋ ਆਇਆ ਜੀ ਕੁਈਨਸ ਪਾਰਕ ਰੋਸਡੇਲ ਦਾ, ਅਤੇ ਆਈ ਥਿੰਕ ਉੱਥੇ ਕੁਛ ਹੋ ਰਿਹਾ ਆ, ਕੋਈ ਕੰਸਟਰਕਸ਼ਨ ਦਾ ਵਰਕ ਹੋ ਰਿਹਾ। ਅੱਗੇ ਬ੍ਰਿਜ ਆਇਆ, ਬ੍ਰਿਜ ਦੇ ਨਾਲ ਉਹ ਲੱਗੇ ਹੋਏ ਨੇ ਘੁੰਮਣ, ਨਜ਼ਰ ਆ ਰਿਹਾ ਆ ਪਲਾ ਜਿਹੜੀਆਂ ਮੈਟਲ ਦੀਆਂ ਨਹੀਂ ਹੁੰਦੀਆਂ। ਲੈਟਸ ਗੋ। ਚਲੋ ਜੀ, ਲੈਟਸ ਦ ਫਨ ਬਿਗਨ। ਹੁਣ ਇਹਨੇ ਫਿਲਹਾਲ ਮੇਰੇ ਖਿਆਲ ਸਾਈਕਲਿੰਗ ਕਰਨੀ ਹੈ ਪਹਿਲੇ, ਜਦੋਂ ਸਾਈਕਲਿੰਗ ਤੋਂ ਥੱਕ ਜਾਏਗਾ ਤਾਂ ਫਿਰ ਆਏਗਾ ਫੁੱਟਬਾਲ ਵੱਲ। ਇਸ ਦੌਰਾਨ ਜਨਾਬ ਆਪਾਂ ਗੱਲਾਂ ਕਰਦੇ ਹਾਂ। ਮੈਨੂੰ ਆਪਣੀ ਪਹਿਲੀ ਸਟੇਟਮੈਂਟ 'ਤੇ ਪਛਤਾਵਾ ਹੋ ਰਿਹਾ ਕਿ ਮੌਸਮ ਗਰਮ ਹੋ ਗਿਆ, ਮੌਸਮ ਠੰਡਾ ਹੋਇਆ ਸਮਹਾਓ। ਗੱਡੀ ਦੇ ਵਿੱਚ ਬੈਠਿਆਂ ਗਰਮੀ ਲੱਗ ਰਹੀ ਸੀ, ਬਟ ਚਿੱਲੀ ਵੈਦਰ ਹੈ ਯਾਰ, ਐਕਸਟ੍ਰੀਮਲੀ ਚਿੱਲੀ। ਹਰ ਸ਼ਾਖ 'ਤੇ ਉੱਲੂ ਬੈਠਾ ਹੈ, ਅਨਜਾਮੇ ਗੁਲਸਤਾਂ ਕਿਆ ਹੋਗਾ। ਹਰ ਸ਼ਾਖ 'ਤੇ ਉੱਲੂ ਬੈਠਾ ਹੈ ਜਨਾਬ। ਹਾਲਾਂਕਿ ਦੇਖੋ, ਕੱਲ੍ਹ ਸਰਦੀ ਸੀਗੀ, ਕੱਲ੍ਹ ਦੀ ਸਰਦੀ ਤੋਂ ਬਾਅਦ ਕੱਲ੍ਹ ਬਾਰਿਸ਼ ਵੀ ਸੀਗੀ, ਸਰਦੀ ਵੀ ਸੀਗੀ, ਅਤੇ ਅੱਜ ਵੈਦਰ ਅੱਛਾ ਹੋਇਆ, ਅਤੇ ਉਸ ਦੇ ਬਾਵਜੂਦ ਜਨਾਬ ਅਗਲੇ ਹੀ ਦਿਨ ਪਾਰਕ ਦੇ ਵਿੱਚ ਰੌਣਕਾਂ ਲੱਗ ਗਈਆਂ ਨੇ। ਜਦੋਂ ਸਮਰ ਆਏਗਾ ਨਾ ਇਨਸ਼ਾਅੱਲਾ ਥੋੜ੍ਹੀ ਗਰਮੀ ਵੀ ਹੋ ਜਾਏਗੀ, ਅਤੇ ਐਕਸਪੈਕਟੇਸ਼ਨਸ ਹੋਇਆ ਕਰੇਗੀ ਕਿ ਐਵਰੀ ਡੇ ਦਿਨ ਜਿਹੜਾ ਆ ਖੁਸ਼ਗਵਾਰ ਹੋਏਗਾ, ਧੁੱਪ ਨਿਕਲਿਆ ਕਰੇਗੀ, ਅਤੇ ਇਹ ਬਹੁਤ ਓਵਰ ਕਰਾਊਡਡ ਹੋ ਜਾਇਆ ਕਰੇਗਾ ਪਾਰਕ, ਨਾ ਸਿਰਫ ਇਹ ਪਾਰਕ ਨਹੀਂ ਸਾਰੇ ਹੀ। ਫੁੱਟਬਾਲ ਇੱਕ ਐਸੀ ਚੀਜ਼ ਸੀਗੀ ਯਾਰ, ਵੈਨ ਆਈ ਵਾਜ਼ ਯੰਗ ਆਈ ਯੂਜ਼ ਟੂ ਲਵ ਇਟ। ਅਤੇ ਫਿਰ ਬਸ ਮੈਂ ਪਹਿਲੇ ਵੀ ਕਈ ਵਾਰ ਸਟੋਰੀ ਸੁਣਾ ਚੁੱਕਿਆ, ਇੱਕ ਗੋਡੇ 'ਤੇ ਸੱਟ ਲੱਗ ਗਈ ਸੀ, ਉਹਦੇ ਵਿਆਹ ਤੋਂ ਜਨਾਬ ਫੁੱਟਬਾਲ ਵਾਲਾ ਤਾਂ ਕੰਮ ਤਮਾਮ ਹੋ ਗਿਆ। ਲੇਕਿਨ ਹਾਲੇ ਵੀ ਬੜਾ ਦਿਲ ਕਰਦਾ ਕਿ ਅੱਲਾਹ ਪਾਕ ਇਸ ਕਾਬਲ ਕਰੇ ਕਿ ਫੁੱਟਬਾਲ ਨੂੰ ਇੰਜੋਏ ਕਰ ਸਕੀਏ। ਲੇਕਿਨ ਹੁਣ ਵੀ ਜਿੰਨੀਆਂ ਮਹਦੂਦ ਵਸਾਇਲ ਹੈਗੇ ਨੇ, ਮਾੜੀ ਮੋਟੀ ਸਿਹਤ ਇਜਾਜ਼ਤ ਦਿੰਦੀ ਆ, ਗੋਡਾ ਇਜਾਜ਼ਤ ਦਿੰਦਾ ਆ, ਕੋ ਠੁੱਡੇ ਛੁੱਡੇ ਮਾਰੀ ਰੱਖੀ ਦੇ। ਉਹੀ ਗੱਲ ਹੋਈ ਨਾ, ਦਰਅਸਲ ਕੱਲ੍ਹ ਮੀਂਹ ਪਿਆ ਨਾ, ਅਤੇ ਫੀਲਡ ਬਹੁਤ ਗਿੱਲੀ ਆ, ਜਿਹੜੇ ਜ਼ਿਆਦਾ ਟ੍ਰੈਫਿਕ ਵਾਲਾ ਏਰੀਆ ਨਾ ਪਾਰਕ ਦਾ, ਉੱਥੇ ਸ਼ਾਇਦ ਮੁਨਾਸਿਬ ਆ, ਹਾਂ ਉੱਥੇ ਮੁਨਾਸਿਬ ਆ, ਅਤੇ ਜਿੱਥੇ ਟ੍ਰੈਫਿਕ ਨਹੀਂ ਨਾ ਹੈਗੀ ਇੰਨੀ, ਉੱਥੇ ਉੱਥੇ ਬਹੁਤ ਉਹ ਆ ਕਿੱਚੜ ਜਿਹਾ ਗਾਰਾ ਜਿਹਾ।
Go! Yeah, they said we are done. Okay, ਦੋ ਬੱਚੇ ਆਏ ਆ ਕੇ ਕਹਿੰਦੇ ਜੀ ਸਾਨੂੰ ਅਸੀਂ ਵੀ ਖੇਡ ਸਕਦੇ ਤੁਹਾਡੇ ਨਾਲ। ਮੈਂ ਕਿਹਾ ਜੀ ਸੱਤ ਬਿਸਮਿਲਾ ਖੇਡੋ, ਅਤੇ ਉਹ ਜ਼ਹਿਰਾ ਛੋਟੇ ਸੀਗੇ, ਈਵਨ ਵਿਦ ਮਾਈ ਬੈਡ ਨੀ ਆਈ ਵਾਜ਼ ਏਬਲ ਟੂ ਟੈਕਲ ਦੈਮ। ਆਈ ਸਕੋਰਡ 3, ਦੇ ਸਕੋਰਡ 1। ਐਵੈਂਚੁਅਲੀ ਦੇ ਥੋਟ ਕਿ ਇਟਸ ਜਸਟ ਵੇਸਟ ਆਫ ਟਾਈਮ, ਸਿੰਸ ਮੈਂ ਗੇਮ ਨੂੰ ਡੋਮੀਨੇਟ ਕਰ ਰਿਹਾ ਸੀ, ਉਹ ਇੰਜੋਏ ਨਹੀਂ ਸੀ ਕਰ ਰਹੇ। ਉਹਨਾਂ ਨੇ ਕਿਹਾ ਕਿ ਟਾਟਾ ਬਾਏ ਬਾਏ, ਸਾਡਾ ਡੈਡ ਬੁਲਾ ਰਿਹਾ ਸਾਨੂੰ। ਅਗਰ ਤੁਸੀਂ ਦਰੱਖਤਾਂ ਨੂੰ ਦੇਖੋ ਨਾ, ਦਰੱਖਤਾਂ 'ਤੇ ਹਲੇ ਹਲਿਆਲੀ ਲੌਟ ਕੇ ਨਹੀਂ ਆਈ, ਦਰੱਖਤ ਉਂਝ ਹੀ ਗੰਜੇ ਮੰਜੇ ਨੇ। ਇਹ ਇਨਸ਼ਾਅੱਲਾ ਲੱਗੇਗਾ, ਮੇਰਾ ਖਿਆਲ ਆ ਸ਼ਾਇਦ ਮਹੀਨਾ ਕੀ ਲੱਗੇ, ਹਰੇ ਭਰੇ ਹੋ ਜਾਣਗੇ। ਇੱਥੇ ਇੱਕ ਦੁਕਾਨ ਜਿਹੀ ਹੈ ਪਾਰਕ ਦੇ ਵਿੱਚ, ਅਤੇ ਸਿਸਟਮ ਇਹ ਹੈ ਕਿ ਜਨਾਬ ਕੈਸ਼ ਓਨਲੀ। ਅਗਰ ਤੁਹਾਡੇ ਕੋਲ ਕੈਸ਼ ਨਹੀਂ ਹੈਗਾ, ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਸਪੈਸ਼ਲੀ ਤੁਸੀਂ ਬੱਚਿਆਂ ਦੇ ਨਾਲ ਆਉਂਦੇ ਹੋ, ਦੇ ਵਿਲ ਡੈਫੀਨੇਟਲੀ ਹੈਵ ਡਿਮਾਂਡਸ, ਆਈਸ ਕ੍ਰੀਮ, ਡਰਿੰਕਸ। ਅਤੇ ਕੁਈਨਸ ਪਾਰਕ ਦੇ ਵਿੱਚ ਆਉਣਾ ਆ ਬੱਚਿਆਂ ਦੇ ਨਾਲ, ਅਤੇ ਕੈਸ਼ ਲੈ ਕੇ ਆਇਓ। ਫੌਂਡ ਮੈਮਰੀਜ਼ ਆਫ ਮਾਰਗਰੇਟ ਬ੍ਰੇਨਵੁੱਡ ਬਰਚ, 1910 ਟੂ 2001, ਐਲਬਰਟ ਐਡਗਰ ਬਰਚ, 1890 ਐਂਡ 1975। ਵਾਓ, ਇੱਥੇ ਦੇ ਲੋਕਾਂ ਦੀਆਂ ਉਮਰਾਂ ਕਿੰਨੀਆਂ ਵੱਡੀਆਂ ਵੱਡੀਆਂ ਨੇ, ਦੈਟਸ ਵਨ ਥਿੰਗ। ਬਟ ਜਿਹੜੀ ਚੀਜ਼ ਹੈ ਨਾ, ਇਸ ਪਾਰਕ ਦੇ ਵਿੱਚ ਸੱਜੇ ਖੱਬੇ ਲੱਗੇ ਹੋਏ ਨੇ ਬੈਂਚ ਬਹੁਤ ਸਾਰੇ, ਔਰ ਹਰ ਬੈਂਚ ਦੇ ਉੱਤੇ ਨਾ ਇਹੋ ਜਿਹਾ ਇੱਕ ਮੈਮੋਰੀਅਲ ਲੱਗਿਆ ਹੋਇਆ। ਮਕਸਦ ਇਹ ਹੁੰਦਾ ਕਿ ਉਹਨਾਂ ਰੈਲੇਟਿਵਸ ਨੇ, ਬੱਚਿਆਂ ਨੇ, ਜਾਂ ਜੋ ਵੀ ਫੈਮਿਲੀ ਮੈਂਬਰ ਨੇ, ਉਹਨਾਂ ਨੇ ਆਪਣੇ ਕਿਸੇ ਬਜ਼ੁਰਗਾਂ ਦੀ ਯਾਦ 'ਚ ਡੋਨੇਟ ਕੀਤਾ ਹੋਇਆ। ਇਟਸ ਹੈਲ ਆਫ ਅ ਮਿਸ਼ਨ ਯਾਰ, ਛੋਟੀ ਕਾਰ ਅਤੇ ਬਾਈਕ ਵਿੱਚ ਆਉਂਦੀ ਨਹੀਂ ਹੈਗੀ। ਐਨੀਵੇ, ਲੈਟਸ ਐਂਡ ਦਿਸ ਵਲੌਗ ਹੇਅਰ ਨਾਓ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਵੀਡੀਓ ਦੇ ਵਿੱਚ। ਅੱਲਾਹ ਹਾਫਿਜ਼।